ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਦੇਵ ਸਿੰਘ, ਡਿਸਟ੍ਰਿਕਟ ਫਿਰੋਜ਼ਪੁਰ ਤੋਂ। ਮੇਰੇ 3-4 ਸਾਲ ਤੋਂ ਪੇਟ 'ਚ ਬਹੁਤ ਦਰਦ ਹੋ ਰਹੀ ਸੀ ਅਤੇ ਮੈਂ ਉਸ ਤੋਂ ਬਾਅਦ ਅਲਟਰਾਸਾਊਂਡ ਕਰਵਾਈ ਅਤੇ ਮੇਰੇ ਪਿੱਤੇ ਦੇ ਵਿੱਚ ਪੱਥਰੀਆਂ ਆਈਆਂ। ਅਤੇ ਇਸ ਤੋਂ ਬਾਅਦ ਮੈਂ ਸ਼੍ਰੀ ਮੁਕਤਸਰ ਸਾਹਿਬ ਵੀ ਗਿਆ ਡਾਕਟਰ ਨੂੰ ਚੈੱਕ ਕਰਾਇਆ ਅਤੇ ਉਹਨਾਂ ਕੋਲੋਂ ਵੀ ਮੈਨੂੰ ਕੋਈ ਵਿਸ਼ਵਾਸ ਨਹੀਂ ਹੋਇਆ। ਅਤੇ ਮੈਂ ਫਿਰੋਜ਼ਪੁਰ ਵੀ 3-4 ਡਾਕਟਰਾਂ ਨੂੰ ਦਿਖਾਇਆ ਗਾ, ਉਹਨਾਂ 'ਤੇ ਮੈਨੂੰ ਨਹੀਂ ਵਿਸ਼ਵਾਸ ਹੈਗਾ। ਅਤੇ ਫਿਰ ਮੇਰੇ ਦਰਦ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਓਪਰੇਟ ਕਰਨ ਤੋਂ ਮੈਨੂੰ ਬਹੁਤ ਡਰ ਲੱਗਦਾ ਸੀ। ਇਸ ਤੋਂ ਬਾਅਦ ਮੈਂ ਮੋਗੇ ਡਾਕਟਰ ਅਮਿਤ ਸੂਦ ਦੇ ਕੋਲ ਗਿਆ। ਉਹਨਾਂ ਨੇ ਮੈਨੂੰ ਸਮਝਾਇਆ, ਕੋਈ ਬੇਟਾ ਕੋਈ ਤੇਰੇ ਦਰਦ ਨਹੀਂ ਹੁੰਦੀ, ਦੂਰਬੀਨ ਨਾਲ ਓਪਰੇਟ ਕਰਾਂਗੇ ਤੇਰੇ, ਤੈਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ, ਕੋਈ ਚੀਰ ਪਾੜ ਨਹੀਂ, ਨਾ ਤੇਰੇ ਕੋਈ ਢੂਈ 'ਚ ਟੀਕਾ ਲੱਗੇਗਾ। ਅਤੇ ਇਸ ਤੋਂ ਬਾਅਦ ਮੈਂ ਡਾਕਟਰ ਦੇ ਕੋਲ ਬੈਠਾ 10 ਮਿੰਟ ਅਤੇ ਡਾਕਟਰ ਨੇ ਮੈਨੂੰ ਵਿਸ਼ਵਾਸ ਦਵਾਇਆ ਅਤੇ ਫਿਰ ਮੈਂ ਓਪਰੇਟ ਕਰਾਇਆ ਅਤੇ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੋਈ। ਅਤੇ ਮੇਰਾ ਡਾਕਟਰ ਸਾਹਿਬ ਨੇ 20 ਮਿੰਟ ਦੇ ਵਿੱਚ ਓਪਰੇਟ ਕਰ ਦਿਆ। ਉਸ ਤੋਂ ਬਾਅਦ 15 ਮਿੰਟ ਬਾਅਦ ਮੈਂ ਬਾਥਰੂਮ ਵੀ ਗਿਆ ਚਲਾ, ਕੋਈ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਹੁਣ ਇਸ ਟਾਈਮ ਮੈਂ ਬਹੁਤ ਵਧੀਆ, ਮੈਂ ਲਿਕੁਅਡ ਚੀਜ਼ ਉਸ ਟਾਈਮ ਹੀ ਪਰੇ ਓਪਰੇਟ ਵਾਲੇ ਦਿਨ ਹੀ ਖਾ ਲਈ ਸੀ, ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਮੇਰੇ। ਹੁਣ ਬਹੁਤ ਵਧੀਆ ਡਾਕਟਰ ਨੇ ਓਪਰੇਟ ਕੀਤਾ ਜੀ। ਮੇਰਾ ਹੋਸਪਿਟਲ ਦਾ ਤਜਰਬਾ ਬਹੁਤ ਵਧੀਆ ਰਿਹਾ। ਤੁਸੀਂ ਇੱਕ ਵਾਰੀ ਆ ਕੇ ਡਾਕਟਰ ਸੂਦ ਨੂੰ ਜ਼ਰੂਰ ਮਿਲੋ, ਅਤੇ ਇੱਥੋਂ ਦਾ ਸਟਾਫ ਬਹੁਤ ਵਧੀਆ ਜੀ, ਅਤੇ ਅੱਗੇ ਓਪਰੇਟ ਦੇ ਨਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੀ। ਥੈਂਕ ਯੂ ਜੀ।